बिस्मिल्लाहिर्रहमानिर्रहीम, अस्सलामुअलैकुम नाजरीन, तुसी वेख रहे हो शहीन ऑफ एशिया ते मैं तुहाडा मेज़बान शहबाज शहीन। इस वेले जी असी पंजाब पाकिस्तान जिला टोबा टेक सिंह पुल नागरा ते पिंड जी 351 गाबे नागरा ते इत्थे मेरे नाल मौजूद ने जी राणा शेराज अरशद साहब जी, इन्हां दे वड्डे भाई ने जी राणा असद साहब जी, राणा असद अरशद साहब जी जो कि सऊदी अरब हुंदे ने, ये बड़े जनूनी ने जी भाई, उत्थों स्पोंसरशिप करदे ने ते और उन्हां दा शौक आ ते ये उन्हां दा शौक पाल रहे ने जी। इन्हां दे कोल पंजाब पाकिस्तान दा नामवर बैल है जी पतंग बैल ते यह पिछे नज़र आ रहा जी थोनों दोस्तों नूं। सो असीं इन्हां नाल गलबात करदे हां कि इन्हां दी फैमिली दे विच इह शौक किस तरह आया, कदों तों आया ते और इस टाइम इन्हां दे शौक दी कंडीशन की है ते अपने शौक नूं किस तरह मैनेज करदे आ। जी अस्सलाम वालेकुम। वालेकुम सलाम जी। भाई क्या हाल है? अल्लाह दा शुक्र है। हो ठीक ठाक जी? हाँ जी। भाई सुनिया जांदा कि थोड़ी फैमिली च पहले शौक कोई नहीं सी है, तुसी हुण तो शुरू कीता, सही गल है जी है? हाँ जी बिल्कुल सही गल है जी। अच्छा ये हुण तो शौक किन्ने शुरू कीता ते किद्दां कीता जी? ये मेरे बड़े भरा ने शौक सीगा जी। हाँ जी। ते उहनां दे शौक करके ते असी बॉल बैल नूं तिआर कीता करके अल्लाह खैर करे ग्राउंड नाल जा रहे हैं जी। ते ये कदों तो बैल तुसी लै के जा रहे ग्राउंड तो, किन्ना टाइम हो गया जी? ये मुल लिया सी घर दा सी? नहीं ये घर दा ही साडा अपना जाती है। अच्छा जी। हाँ जी। ते जो तुसी इनू ले जाना शुरू किया जी, मूँह किदा सी, किहड़ी उम्र च ले जाना शुरू किया ग्राउंड च? खीरा ही ले जाना शुरू किया सीगा ते को मसला बन गया सी लत नहीं, उहदी वजह करके ते असी रोक लिया इनू, फिर दोबारा हुण चौगा हो के दोबारा वापस कढ़िया ग्राउंड च। अच्छा, खीरे तो बाद चौगे का पीरियड जिहड़ा होया उन्ना टाइम ये रैसट ते रहा जी? हाँ जी। ते जदों खीरा तुसी लैके जांदे सो ਕਿੰਨੇ ਸ਼ੁਰੂ ਕੀਤੀ ਤਿਆਰੀ ਕਰਵਾਉਣੀ ਜੀ ਇਹਦੀ ਪ੍ਰੈਕਟਿਸ ਵਗੈਰਾ ਜੀ? ਉਹ ਬੜੇ ਭਰਾ ਨੇ ਕਰਵਾਈ ਸੀ, ਸਾਊਦੀਆ 'ਚੋਂ ਆਇਆ ਸੀਗਾ 7 ਸਾਲ ਬਾਅਦ ਅਤੇ ਉਹਨੇ ਕਰਵਾਈ, ਉਸ ਤੋਂ ਬਾਅਦ ਫਿਰ ਮੈਂ ਅਤੇ ਆ ਮੇਰਾ ਛੋਟਾ ਵੀਰ ਇਹਨਾਂ ਨੇ ਫਿਰ ਤਿਆਰੀ ਕੀਤੀ ਹੈ ਬੋਲ ਦੀ। ਅੱਛਾ, ਤੁਸੀਂ ਕਿਹੜੇ ਬੈਲ ਨਾਲ ਜੋੜ ਕੇ ਇਹਨੂੰ ਪ੍ਰੈਕਟਿਸ ਕਰਵਾਉਂਦੇ ਸੀਗੇ? ਖੁਦ ਸਵਾਰੀ ਕਰਦੇ ਸੀ ਨਾ ਪ੍ਰੈਕਟਿਸ ਦੇ ਦੌਰਾਨ? ਬਿਲਕੁਲ ਖੁਦ ਰੇੜੇ ਦੇ ਉੱਤੇ। ਹਾਂਜੀ। ਅੱਛਾ ਜੀ। ਅਤੇ ਕਿੱਥੇ ਜਾ ਕੇ ਤਿਆਰੀ ਕਰਵਾਉਂਦੇ ਸੀ ਤੁਸੀਂ? ਨਹਿਰ ਅਤੇ ਪਟੜੀ 'ਤੇ ਜਾਂ ਪੰਜਾਹ ਗਰਾਊਂਡ 'ਤੇ ਜੀ? ਇੱਥੋਂ ਕਿਹੜੇ ਰੂਟ ਨੂੰ ਜੀ? ਨਾਗਰੇ ਪੁੱਲ ਤੋਂ ਸਿੱਧੀ ਨਹਿਰ ਬੜੀ ਜਾ ਰਹੀ ਹੈ, ਉੱਥੇ ਜ਼ਖੀਰੇ ਤੱਕ ਲੈ ਕੇ ਜਾਈਦਾ ਸੀ। ਅੱਛਾ, ਪਿੱਛੇ 35 ਵੱਲ ਨੂੰ ਜੀ? ਹਾਂਜੀ 35 ਵੱਲ। ਪੱਕੀ ਦੇ ਉੱਤੇ ਜੀ? ਨਹੀਂ ਕੱਚੀ ਕੱਚੀ ਜੀ। ਅੱਛਾ, ਇੱਧਰਲੀ ਪਟੜੀ 'ਤੇ? ਹਾਂਜੀ ਉਰਲੀ। ਅੱਛਾ, ਆਪਣੇ ਪਿੰਡ ਵਾਲੀ ਸਾਈਡ 'ਤੇ? ਬਿਲਕੁਲ। ਹਾਂਜੀ। ਅੱਛਾ ਜੀ। ਅਤੇ ਇਹਨੇ ਜਦੋਂ ਤੁਸੀਂ ਸਟਾਰਟ ਕੀਤਾ ਜੀ, ਕੀ ਰਿਜ਼ਲਟ ਦਿੱਤਾ ਸ਼ੁਰੂ 'ਚ ਜੀ ਇਹਨੇ? ਰਿਜ਼ਲਟ ਅਸੀਂ ਸਾਰਿਆਂ ਨਾਲੋਂ ਪਹਿਲੇ ਇਹਦੀ ਫਰਾਈ ਮਾਰੀ ਸੀ 337 ਢੋਲਣ ਵਾਲੇ ਬੱਚੇ ਨਾਲ, ਲਾਖੇ ਨਾਲ। ਕਿਹੜੀ ਕੰਨੀ 'ਤੇ ਜੀ? ਉਤਲੀ 'ਤੇ ਜੀ। ਇਹ ਉਤਲੀ 'ਤੇ ਹੀ ਰੱਖਿਆ ਤੁਸੀਂ? ਹਾਂਜੀ ਉਤਲੀ 'ਤੇ ਹੀ ਰੱਖਿਆ ਹੈ। ਥੱਲੇ ਵੀ ਲਿਆ ਕੇ ਦੇਖਿਆ? ਨਹੀਂ ਥੱਲੇ ਲਿਆ ਕੇ ਦੇਖਿਆ ਨਹੀਂ ਹੈ, ਕੋਸ਼ਿਸ਼ ਹੈ ਇਨਸ਼ਾਅੱਲਾ ਵੀ ਆਉਂਦਾ ਕੁਛ ਰੇਸਾਂ ਥੱਲੇ ਭਜਾਵਾਂਗੇ। ਅੱਛਾ, ਜਦੋਂ ਤੁਸੀਂ ਇੱਥੇ ਭਜਾਉਂਦੇ ਰਹੇ ਆ, ਇਹਨੂੰ ਇਕੱਲੇ ਨੇ ਭਜਾਉਂਦੇ ਰਹੇ ਕਿ ਨਾਲ ਕੋਈ ਘਰ ਦਾ ਬੈੜਾ ਜੋੜ ਕੇ ਭਜਾਉਂਦੇ ਆ? ਸਾਡੇ ਅਜ਼ੀਜ਼ ਆ, ਉਹਨਾਂ ਕੋਲ ਹੈ ਬੈਲ ਫਖਰੇ ਨਾਗਰਾ। ਅੱਛਾ, ਅਤੇ ਉਹਦੇ ਨਾਲ ਫੇਰ ਕੇ ਲਿਆਈਦਾ ਸੀਗਾ, ਉਹਦੇ ਨਾਲ ਵੀ ਇੱਕ ਛਾਲ ਛੁੱਲੀ ਵੀ ਲਿਆਈਦਾ ਸੀਗਾ ਅਤੇ ਅੱਲਾ ਖੈਰ ਕਰੇ ਅਤੇ ਹੁਣ ਇਕੱਲਾ ਫੇਰ ਲਿਆਈਦਾ, ਕੋਈ ਹੋਰ ਬੈਲ ਹੋਵੇ ਨਾਲ ਫੇਰ ਕੇ ਲਿਆ। ਅੱਛਾ, ਜਦੋਂ ਖੀਰਾ ਸੀ ਬਾਈ ਕਿਸੇ ਮੈਦਾਨ 'ਚ ਲੈ ਕੇ ਗਏ, ਕੋਈ ਦੌੜ 'ਚ ਹਿੱਸਾ ਲਿਆ ਸੀ ਲੱਤ ਨੂੰ ਮਹਿਸੂਸ ਕਰਨ ਤੋਂ ਪਹਿਲੇ ਜੀ? ਨਹੀਂ, ਜਦੋਂ ਖੀਰਾ ਸੀ ਅਤੇ ਅਸੀਂ ਲੈ ਕੇ ਜਾਣਾ ਸੀਗਾ ਪਹਿਲੀ ਦੌੜ ਵਾਸਤੇ, ਫਰਾਈ ਫਰੂਈ ਮਾਰੀ ਸੀ ਇੱਕ ਦੋ ਅਤੇ ਕਰੋਨਾ ਆ ਗਿਆ ਉਹਦੀ ਵਜ੍ਹਾ ਕਰਕੇ ਨਹੀਂ ਲਿਆ ਸਕੇ ਗਰਾਊਂਡ 'ਚ। ਅੱਛਾ, ਲੱਤ ਨੂੰ ਮਸਲਾ ਕੀ ਸੀ ਬਾਈ? ਰਸੋਲੀ ਜੀ ਨਿਕਲੀ ਸੀ ਪੈਰ 'ਤੇ। ਅੱਛਾ ਜੀ। ਅਤੇ ਉਹ ਅਸੀਂ ਓਪਰੇਸ਼ਨ ਕਰਾ ਦਿੱਤਾ, ਉਹ ਮਸਲਾ ਥੋੜ੍ਹਾ ਜ਼ਿਆਦਾ ਹੋ ਗਿਆ ਅਤੇ ਅੱਲਾਹ ਤਾਲਾ ਨੇ ਫਿਰ ਵੀ ਆਰਾਮ ਦੇ ਦਿੱਤਾ ਇਹਨੂੰ, ਠੀਕ ਹੋ ਗਿਆ। ਅੱਛਾ ਜੀ। ਹੁਣ ਜਦੋਂ ਚੌਗਾ ਹੋਇਆ ਜੀ, ਫਿਰ ਤੁਸੀਂ ਇਹਨੂੰ ਮੈਦਾਨਾਂ 'ਚ ਲਿਜਾਣਾ ਸ਼ੁਰੂ ਕੀਤਾ ਜੀ? ਹਾਂਜੀ, ਨਹੀਂ ਪੈਰ ਦੁਖਦੇ ਦੇ ਵਿੱਚ ਓਪਰੇਸ਼ਨ ਤੋਂ ਬਾਅਦ ਕੱਚਾ ਜਿਹਾ ਜ਼ਖਮ ਸੀ, ਅਸੀਂ ਇਸ ਤਰ੍ਹਾਂ ਹੀ ਤਿਆਰੀ ਫਿਰ ਲਾਉਣੀ ਸ਼ੁਰੂ ਕਰਤੀ, ਭਾਈ ਨੇ ਜਾਣਾ ਸੀਗਾ, ਉਹ ਕਹਿੰਦਾ ਮੈਂ ਜਾਣਾ ਚੈੱਕ ਕਰ ਲਵਾਂ ਮੈਂ। ਅੱਛਾ ਜੀ। ਅਤੇ ਅਸੀਂ ਤਿਆਰੀ ਸ਼ੁਰੂ ਕਰਕੇ ਅਤੇ ਫਿਰ ਸਾਰਿਆਂ ਨੂੰ ਪਹਿਲੇ ਦੌੜ ਭਜਾਈ ਸੀ ਕਲੰਦਰੇ ਬੈਲ ਨਾਲ। ਅੱਛਾ ਜੀ। ਅਰਬੀ ਨਾਲ ਫਰਾਈ ਮਾਰੀ ਸੀਗੀ ਅਸੀਂ, ਉਸ ਤੋਂ ਬਾਅਦ ਉਸਤਾਦ ਬੱਗੇ ਨੇ ਕਿਹਾ ਵੀ ਇਹ ਬੋਲ ਕਲੰਦਰੇ ਦੇ ਨਾਲ ਭਜਾਉਣਾ ਆ। ਕਿਹੜੇ ਗਰਾਊਂਡ 'ਚ ਭਜਾਇਆ ਜੀ? 350 ਵਾਲੇ ਚੌਗੇ ਚੌਗੇ ਦੌੜ ਸੀਗੀ। ਅੱਛਾ ਜੀ। ਅਤੇ ਇਹ ਦੋਂਦੇ ਸੀ ਦੋਨੇ ਬੱਚੇ। ਅੱਛਾ ਜੀ। ਅਤੇ ਇਹਨਾਂ ਨੇ ਵਿਨ ਕੀਤੀ ਫਿਰ ਉਹ ਦੌੜ। ਠੀਕ ਜੀ। ਰਾਊਂਡ ਵੀ ਵਿਨ ਕੀਤਾ? ਰਾਊਂਡ ਵੀ ਅਤੇ ਦੌੜ ਵੀ ਵਿਨ ਕੀਤੀ ਇਹਨਾਂ ਨੇ। ਅਤੇ ਰਾਊਂਡ ਕਿਹੜੇ ਬੈਲਾਂ ਨੂੰ ਵਿਨ ਕੀਤਾ ਜੀ ਇਹਨਾਂ ਨੇ? ਉਹ ਕਾਫੀ ਸ਼ਹੀਨ ਸੀ ਅਤੇ ਜੋਗਾ ਬੈਲ ਸੀ, 50 ਵਾਲੇ ਹੋਰ ਕਾਫੀ ਬੈਲ ਸੀਗੇ। ਅੱਛਾ, ਜਦੋਂ ਇਹ ਗਿਆ ਜੀ ਆਪਣਾ ਕਲੰਦਰੇ ਨਾਲ ਭੱਜਿਆ ਪਹਿਲੀ ਵਾਰੀ 60 ਤੋਂ ਬਾਅਦ ਜਦੋਂ ਗਰਾਊਂਡ 'ਚ ਲੈ ਗਏ, ਜਦੋਂ ਜਿੱਤਿਆ ਜੀ ਫਿਰ ਐਕਸਾਈਟਡ ਤਾਂ ਤੁਸੀਂ ਹੋਏ, ਖੁਸ਼ੀ ਤਾਂ ਬਹੁਤ ਜ਼ਿਆਦਾ ਹੋਈ ਜੀ? ਬਹੁਤ ਜ਼ਿਆਦਾ ਹੋਈ ਅਤੇ ਜਸ਼ਨ ਵੀ ਕੀਤਾ। ਅੱਛਾ ਜੀ। ਅਤੇ ਖੁਸ਼ ਵੀ ਬਹੁਤ ਸੀ ਵੀ ਇਨਸ਼ਾਅੱਲਾ ਗਾਂ ਇਹਦੀ ਕੋਸ਼ਿਸ਼ ਮਿਹਨਤ ਕਰ ਜਾਰੀ ਰੱਖਾਂਗੇ ਅਤੇ ਆਉਂਦੇ ਵਾਲੇ ਟਾਈਮ ਸਟਾਰ ਹੋਏਗਾ ਇਨਸ਼ਾਅੱਲਾ। ਅੱਛਾ, ਅਤੇ ਉਸਤਾਦ ਬੱਗੇ ਤੋਂ ਬਾਅਦ ਵੀ ਕਿਸੇ ਨੇ ਭਜਾਇਆ ਜਾਂ ਉਹੀ ਭਜਾਉਂਦੇ ਜੀ? ਨਹੀਂ, ਉਸਤਾਦ ਬੱਗੇ ਤੋਂ ਬਾਅਦ ਵੀ ਭਜਾਇਆ, ਯਾਨੀ ਕਿ ਸਾਡੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਵੀ ਉਸਤਾਦ ਬੱਗੇ 'ਤੇ ਸਾਡਾ ਦਿਲ ਮੁਤਮਿਨ ਹੁੰਦਾ ਹੈ ਵੀ ਉਹੀ ਬੈਲ ਇਹ ਭਜਾਵੇ। ਅੱਛਾ ਜੀ। ਅਤੇ ਹੋਰ ਸਾਰੇ ਸਵਾਰਾਂ ਨੇ ਹੱਕਿਆ ਆ, ਕੋਈ ਵੀ ਨਹੀਂ ਰਿਹਾ ਜਿਹਨੇ ਨਹੀਂ ਬੋਲ ਹੱਕਿਆ ਇਹ। ਅੱਛਾ ਜੀ। ਅਤੇ ਸਾਰਿਆਂ ਕੋਈ ਭੱਜਦਾ, ਪੂਰਾ ਭੱਜਦਾ, ਕਿਸੇ ਕੋਲ ਨਹੀਂ ਘਾਟਾ ਵਾਧਾ ਕਰਦਾ, ਉਸਤਾਦ ਕੋਲ ਸਾਰਿਆਂ ਨਾਲ ਜ਼ਿਆਦਾ ਭੱਜਦਾ ਹੈ। ਅਤੇ ਇਹ ਜਿਹੜੀ ਬਾਈ ਤੁਹਾਡੀ ਆਪਣੀ ਘਰ ਦੀ ਗਾਂ ਦਾ ਬੈਲ ਹੈ ਜੀ, ਇਹ ਤੁਹਾਡੇ ਘਰ 'ਚ ਜੰਮਿਆ ਜੀ, ਪੈਦਾ ਹੋਇਆ ਜੀ? ਹਾਂਜੀ। ਇਹ ਗਾਂ ਤੁਹਾਡੀ ਕਿਹੜੀ ਨਸਲ ਦੀ ਹੈ ਜੀ? ਇਹ ਜੀ ਵਕੀਲਾਂ ਕੋਲੋਂ ਆਈ ਸੀ, ਬੱਚੀ ਛੋਟੀ ਜਿਹੀ ਲਈ ਸੀ ਮੇਰੇ ਭਰਾ ਨੇ, ਉਹ 15-16 ਸਾਲ ਹੋ ਗਏ ਉਦੋਂ।
ਅਤੇ ਬੈਡ ਉਹਨਾਂ ਨੇ ਵੇਚੀ ਸੀਗੀ ਅਤੇ ਸਾਡੇ ਪਿੰਡ ਆਈ ਸੀ ਉਹ ਬੱਚੀ ਮਗਰ ਸੀ ਅਤੇ ਅਸੀਂ ਇਹ ਲੈ ਲਈ ਸੀ ਬੱਚੀ ਭਾਈ ਨੇ ਉਹਨੇ ਕਿਹਾ ਅੱਬੂ ਮੈਂ ਬੱਚੀ ਲੈਣੀ ਆ ਬਾਲ ਸਾਹਿਬ ਨੇ ਲੈ ਕੇ ਦੇ ਦਿੱਤੀ ਅਤੇ ਇਹ ਜਿਹੜਾ ਤੁਹਾਡਾ ਪਤੰਗ ਬੈਲ ਹੈ ਜੀ ਇਹ ਸੈਮੀਨੇਸ਼ਨ ਆਸਾਨ ਦੀ ਆ ਜਾਂ ਕਿ ਕੋਈ ਆਪਣਾ ਆਰਟੀਫਿਸ਼ਲ ਕਰਵਾਈ ਸੀ ਜੀ ਤੁਸੀਂ ਬੈਡ ਨੂੰ ਨਹੀਂ ਆਸਾਨ ਦੀ ਆ ਜੀ ਅੱਛਾ ਜੀ ਅਤੇ ਇਹਦਾ ਜਿਹੜੀ ਆਪਣਾ ਇਹਦਾ ਬਾਪ ਆ ਜਾਣੀ ਬੈਡੇ ਦਾ ਉਹ ਆਪਣਾ ਕਿਹਦਾ ਜੀ ਕਿੱਥੇ ਖੜਾ ਜੀ ਹੁਣ ਇਹ ਹੁਣ ਪਹਿਲੇ ਸੀ ਢੋਲਣ ਵਿੱਚ ਖੜਾ ਅੱਛਾ ਜੀ ਉਹ ਵੀ ਭੱਜਣ ਵਾਲਾ ਬੈਲ ਸੀ ਜੀ ਹਾਂਜੀ ਹੁਣ ਖੜਾ ਪੰਜਾਬ ਵਿੱਚ ਜੀ ਕਿੰਨਾਂ ਦੇ ਕੋਲ ਆ ਜੀ ਉਹ ਬਸਤੀ ਦੇ ਵਿੱਚ ਖੜਾ ਹਜੇ ਬੈਲ ਭੱਜਦਾ ਜੀ ਹੁਣ ਵੀ ਨਹੀਂ ਖੜਾ ਆਸਾਨ ਹੀ ਬਸ ਰੱਖਿਆ ਉਹਨਾਂ ਨੇ ਅੱਛਾ ਜੀ ਤਾਂ ਕਿ ਤੁਸੀਂ ਬਸ ਇੱਕ ਚੈਕਿੰਗ ਵਾਸਤੇ ਦੇਖਿਆ ਤਾਂ ਕੰਮ ਚੱਲ ਗਿਆ ਜੀ ਨਹੀਂ ਅਸੀਂ ਜਦੋਂ ਇਹਨੂੰ ਚੈੱਕ ਪਹਿਲੀ ਫਰਾਈ ਮਾਰੀ ਨਾ ਇਸ ਬੱਚੇ ਨੇ ਪਹਿਲੀ ਫਰਾਈ 'ਤੇ ਦੱਸਦਾ ਸੀ ਵੀ ਮੈਂ ਸਾਰੇ ਬੱਚਿਆਂ ਨੂੰ ਫੜ ਲੂੰਗਾ ਅੱਛਾ ਜੀ ਜਿਹੜਾ ਲੱਖਾ ਬੱਚਾ ਢੋਲਣ ਵਾਲਾ ਸੀ ਇਹ ਦੌੜਾਂ ਵਿਨ ਕੀਤੀਆਂ ਸੀ ਉਦੋਂ ਇਹਨੇ ਜਿਹੜਾ ਹੁਣ ਵੀ ਭੱਜ ਰਿਹਾ ਆ ਮੌਜੂਦਾ ਦੌਰ 'ਚ ਵੀ ਅਤੇ ਅਸੀਂ ਇਹਦੇ ਨਾਲ ਫਰਾਈ ਮਾਰੀ ਅਤੇ ਫਰਾਈ ਬਹੁਤ ਅੱਛੀ ਸਾਡੀ ਲੱਗੀ ਅਤੇ ਇਸ ਬੈਲ ਨੇ ਕਿਹਾ ਵੀ ਮੈਂ ਜਿੱਤ ਨੂੰ ਸਾਰਿਆਂ ਨੂੰ ਅੱਛਾ ਜੀ ਅਤੇ ਬਸ ਉਸ ਤੋਂ ਬਾਅਦ ਕਰੋਨਾ ਆ ਗਿਆ 6 ਮਹੀਨੇ ਲਾਕਡਾਊਨ ਰਿਹਾ ਉਹਦੇ ਵਿੱਚ ਨਹੀਂ ਭੱਜ ਸਕਿਆ ਬੱਚਾ ਦੋਂਦਾ ਹੋ ਗਿਆ ਉਸ ਤੋਂ ਬਾਅਦ ਲੱਤ ਨੂੰ ਮਸਲਾ ਆ ਗਿਆ ਫਿਰ ਇੱਕ ਦੌੜ ਸੀ ਯਾਨੀ ਕਿ ਭਜਾਈ ਹੈ ਇਹ ਸਿਰਫ ਕਲੰਦਰੇ ਨਾਲ ਫਿਰ ਬੋਲ ਰੁੱਕ ਗਿਆ ਫਿਰ ਕਰੋਨਾ ਆ ਗਿਆ ਲਾਕਡਾਊਨ ਦੇ ਵਿੱਚ ਯਾਨੀ ਕਿ ਨਹੀਂ ਭਜਾ ਸਕੇ ਅਤੇ ਹੁਣ ਭਜਾ ਰਹੇ ਅੱਲਾ ਖੈਰ ਕਰੇ ਦੁਬਾਰਾ ਤਿਆਰੀ 'ਚ ਫੁੱਲ ਆ ਅੱਛਾ ਹੁਣ ਤੁਸੀਂ ਜੀ ਮੋਸਟਲੀ ਜੋੜ ਕਿਹਦੇ ਨਾਲ ਬਣਾਉਂਦੇ ਆ ਜੀ ਤਾਂ ਮੋਸਟਲੀ ਜੋੜ ਜੀ ਕੋਈ ਬੈਲ ਜਿਹੜਾ ਅੱਛਾ ਮਿਲ ਜਾਵੇ ਅਸੀਂ ਜੋੜ ਬਣਾ ਲਈਦਾ ਆ ਅਤੇ ਹੁਣ ਫਿਲਹਾਲ ਮੋਸਟਲੀ ਜਿਹੜਾ ਜੋੜ ਅਰਬੀ ਬੈਲ ਨਾਲ ਸਾਰਿਆਂ ਨੂੰ ਅੱਛਾ ਭੱਜ ਰਿਹਾ ਜੀ ਇਹ ਅੱਛਾ ਜੀ ਅਰਬੀ ਜਦੋਂ 61 ਦੇ ਵਿੱਚ ਸੀ ਉਦੋਂ ਵੀ ਤੁਹਾਡੇ ਨਾਲ ਜੋੜ ਬਣਦਾ ਸੀ ਜੀ ਹਾਂਜੀ ਉਦੋਂ ਵੀ ਅਸੀਂ ਜੋੜ ਬਣਾਇਆ ਸੀਗਾ ਉਦੋਂ ਪਹਿਲੀ ਦਫਾ ਅਰਬੀ ਨਾਲ ਉਸ ਦੌੜ ਭਜਾਈ ਸੀ 50 ਵਾਲੀ ਅਸੀਂ ਅੱਛਾ ਜੀ ਅਤੇ ਉਹਦੇ ਵਿੱਚ ਬਹੁਤ ਅੱਛੇ ਅੱਛੇ ਬੱਚੇ ਸੀਗੇ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਵਿਨ ਕੀਤੀ ਆ ਦੌੜ ਰੇਸ ਯਾਨੀ ਕਿ ਰਾਊਂਡ ਵਿਨ ਕਰ ਲਿਆ ਸੀਗਾ ਅਤੇ ਫਾਈਨਲ ਨਹੀਂ ਹੋਇਆ ਉਸ ਦੌੜ ਦਾ ਅਤੇ ਮੁੜ ਕੇ ਇਹ ਬੈਲ ਵੇਖ ਕੇ ਅਰਬੀ ਫਿਰ ਚਲ ਗਿਆ ਮੂਨ ਪਟਵਾਰੀ ਸਾਹਿਬ ਕੋਲ ਅਤੇ ਹੁਣ ਫਿਰ ਮੂਨ ਪਟਵਾਰੀ ਨਾਲ ਜਾ ਕੇ ਵੀ ਜੋੜ ਤਕਰੀਬਨ ਤੁਹਾਡੇ ਨਾਲ ਹੀ ਬਣਦਾ ਜੀ ਹਾਂਜੀ ਉੱਥੇ ਜੋੜ ਬਣਾਇਆ ਅਰਬੀ ਬੋਲ ਦਾ ਸੀ ਫਿਰ ਜਾ ਕੇ ਖਰੀਦਣ ਤੋਂ ਬਾਅਦ ਸਾਹਿਬ ਅੱਗੇ ਨੇ ਬੈਲ ਜੋੜਿਆ ਇਹ 40 ਵਾਲੇ ਗਰਾਊਂਡ 'ਚ ਦੌੜ ਭੱਜੀ ਚੌਗੇ ਜਵਾਨ ਦੀ ਅਤੇ ਉਹ ਦੌੜ ਵਿਨ ਕੀਤੀ ਅਸੀਂ ਅਤੇ ਦੁਬਾਰਾ ਫਿਰ ਹੁਣ ਆਹ ਦੌੜ ਓਪਨ ਦੌੜ ਭੱਜੀ 40 ਵਾਲੇ ਗਰਾਊਂਡ 'ਚ ਫਿਰ ਭਜਾ ਜੋੜਿਆ ਅਤੇ ਫਿਰ ਵਿਨ ਕੀਤੀ ਅਸੀਂ ਅੱਛਾ ਭਾਅ ਜੀ ਕੋਈ ਵੀ ਕੰਮ ਹੈ ਨਾ ਜੀ ਕਹਿੰਦੇ ਜਿਹੜੇ ਗੋਰ ਆ ਇਹ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਅਤੇ ਮਿਲਦੇ ਰਹਿੰਦੇ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਬੜੇ ਬੜੇ ਨਾਮਵਰ ਸ਼ਿਕਾਰੀ ਹੋਏ ਆ ਬੈਲ ਦੌੜਦੇ ਜੀ ਬੈਲ ਦਾ ਸ਼ਿਕਾਰ ਕੀਤਾ ਉਹਨਾਂ ਨੇ ਅਤੇ ਤੁਸੀਂ ਹੁਣ ਕੀਤਾ ਜੀ ਸਟਾਰਟ ਜੀ ਤੁਸੀਂ ਕਿਹਨਾਂ ਨੂੰ ਫੋਲੋ ਕਰਦੇ ਆ ਜੀ ਕਿਉਂਕਿ ਇਹਨਾਂ ਨੂੰ ਰੱਖਣਾ ਵੀ ਬੜੇ ਸਪੈਸ਼ਲੀ ਤਰੀਕੇ ਨਾਲ ਪੈਂਦਾ ਤੁਸੀਂ ਕਿਹਨਾਂ ਨੂੰ ਫੋਲੋ ਕਰਦੇ ਆ ਜੀ ਨਹੀਂ ਫੋਲੋ ਕਿਸੇ ਨੂੰ ਨਹੀਂ ਕਰਦੇ ਜੀ ਰੌਲਾ ਇਹ ਆ ਵੀ ਆਪਣੀ ਸੋਚ ਹੁੰਦੀ ਇਨਸਾਨ ਦੀ ਹਰ ਬੰਦੇ 'ਚ ਆਪਣਾ ਟੈਲੈਂਟ ਹੁੰਦਾ ਆ ਭਾਈ ਨੇ ਕੁਛ ਦੱਸਿਆ ਮੈਨੂੰ ਵੀ ਇਸ ਤਰ੍ਹਾਂ ਸਾਂਭਣਾ ਕੁਛ ਹੁਣ ਮੈਂ ਆਪ ਖੁਦ ਤਿਆਰ ਕਰਦਾ ਹਾਂ ਬੋਲ ਨੂੰ ਜੋ ਵੀ ਕਰਨਾ ਇੱਕ ਪਲੇਅਰ ਜਿਹੜਾ ਬੰਦਾ ਹੈ ਨਾ ਉਹ ਜ਼ਿਆਦਾ ਸਮਝ ਸਕਦਾ ਵੀ ਜਾਨਵਰ ਨੂੰ ਕਿਸ ਤਰ੍ਹਾਂ ਤਿਆਰ ਕਰ ਦਿੱਤਾ ਜਾ ਸਕਦਾ ਤੁਸੀਂ ਪਲੇਅਰ ਵੀ ਹੋ ਜੀ ਜੀ ਫੁੱਟਬਾਲ ਖੇਡਦੇ ਕਬੱਡੀ ਨਹੀਂ ਕਬੱਡੀ ਦਾ ਸ਼ੌਕ ਸੀਗਾ ਅਤੇ ਬਸ ਨਹੀਂ ਖੇਡ ਸਕੇ ਅਤੇ ਇਨਸ਼ਾਅੱਲਾ ਗਾਂਹ ਕੋਈ ਫੁੱਟਬਾਲ ਖੇਡਦੇ ਹਾਂ ਜੀ ਨਹੀਂ ਕਬੱਡੀ ਖੇਡਦੇ ਸੀਗੇ ਅਤੇ ਨਹੀਂ ਖੇਡ ਸਕੇ ਬਸ ਅੱਛਾ ਜੀ ਕੰਮ ਅੱਛਾ ਜੀ ਜਦੋਂ ਤੁਸੀਂ ਇਹਨੂੰ ਤਿਆਰੀ ਇਹਦੀ ਸ਼ੁਰੂ ਕਰਵਾਈ ਤੁਹਾਨੂੰ ਕੋਈ ਲੋਕਾਂ ਨੇ ਤਨਕੀਦ ਕੀਤੀ ਜਾਂ ਲੋਕਾਂ ਨੇ ਕਿਹਾ ਕਿ ਵਾਕਈ ਭੱਜਣ ਵਾਲਾ ਜੀ ਨਹੀਂ ਤਨਕੀਦ ਬਹੁਤ ਜ਼ਿਆਦਾ ਲੋਕਾਂ ਨੇ ਕੀਤੀ ਵੀ ਇਹ ਬੈਲ ਨੇ ਭੱਜਣਾ ਨਹੀਂ ਹੈਗਾ ਅਤੇ ਤੁਸੀਂ ਟਾਈਮ ਜ਼ਾਇਆ ਕਰ ਰਹੇ ਹਾਂ ਅਤੇ ਸਾਨੂੰ ਪਤਾ ਸੀ ਵੀ ਇਹਦੀ ਨਸਲ ਚੰਗੀ ਆ ਅਤੇ ਅਸੀਂ ਆਪਣੀ ਮਿਹਨਤ ਜਾਰੀ ਰੱਖੀ ਨਹੀਂ ਅਸੀਂ ਲੋਕਾਂ ਮਗਰ ਲੱਗੇ ਅਤੇ ਅੱਲਾਹ ਤਾਲਾ ਨੇ ਬਹੁਤ ਉੱਤੇ ਲੈ ਗਿਆ ਇਨਸ਼ਾਅੱਲਾ ਹੋਰ ਅੱਗੇ ਜਾਵੇਗਾ ਇਨਸ਼ਾਅੱਲਾ ਇਸ ਤੋਂ ਵੀ ਬੈਲ ਇਹ ਸਹੀ ਜੀ ਹਾਂਜੀ ਅਤੇ ਤੁਸੀਂ ਇਹਦਾ ਜੀ ਡਾਇਟ ਪਲਾਨ ਕਿਸ ਤਰ੍ਹਾਂ ਮੈਨੇਜ ਕਰਦੇ ਆ ਜੀ ਸੁਬਹਾ ਤੋਂ ਸ਼ਾਮ ਤੱਕ ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਗੁਜ਼ਾਰਦੇ ਆ ਜੀ ਸੁਬਹਾ ਤੋਂ ਸ਼ਾਮ ਤੱਕ ਬਸ ਇਹਦੇ ਮਗਰੇ ਹੀ ਅਸੀਂ ਸੁਬਹਾ ਟਾਈਮ ਜਦੋਂ ਸੁਬਹਾ ਸਾਜਰੇ ਅਜ਼ਾਨਾ ਵੇਲੇ ਅਸੀਂ ਇਹਨੂੰ ਫੇਰਨ ਜਾਣਾ ਆ ਅੱਛਾ ਜੀ ਉਸ ਤੋਂ ਬਾਅਦ ਆ ਕੇ ਇਹਨੂੰ ਕਮਰੇ 'ਚ ਖੜਾ ਕਰ ਦੇਣਾ ਫੇਰ ਤੇ ਮੋਟਰਸਾਈਕਲ ਤੇ ਜਾਂ ਰੇੜੇ 'ਚ ਪਾ ਕੇ ਜੀ ਮੋਟਰਸਾਈਕਲ ਤੇ ਵੀ ਰੇੜੇ ਤੇ ਵੀ ਹੱਥੀਂ ਵੀ ਜਿਸ ਤਰ੍ਹਾਂ ਵੀ ਯਾਨੀ ਕਿ ਰੂਟੀਨ ਵਾਈਜ਼ ਫੇਰੀਦਾ ਆ ਵੀ ਇਹਨੂੰ ਮਜ਼ੀਦ ਯਾਨੀ ਕਿ ਡੇਲੀ ਰੇੜੇ 'ਚ ਨਹੀਂ ਫੇਰੀਦਾ ਮਜ਼ੀਦ ਡੇਲੀ ਜਾਂ ਹੱਥੀ ਜਾਂ ਮੋਟਰਸਾਈਕਲ ਤੇ ਨਹੀਂ ਕਿਤੇ ਹੱਥੀਂ ਕਿਤੇ ਮੋਟਰਸਾਈਕਲ ਤੇ ਰੈਸਟ ਨਹੀਂ ਦੇ ਇੱਕ ਦਿਨ ਰੈਸਟ ਨਹੀਂ ਦਿੰਦੇ ਬਦਲ ਬਦਲ ਕੇ ਤਿੰਨੇ ਕੁਲੀਏ ਤੁਸੀਂ ਅਪਲਾਈ ਕਰਦੇ ਹੋ ਬਿਲਕੁਲ ਤਿੰਨੇ ਕੁਲੀਏ ਅਪਲਾਈ ਕਰਦੇ ਆ ਅੱਛਾ ਜੀ ਅਤੇ ਫਿਰ ਉਸ ਤੋਂ ਬਾਅਦ ਆ ਕੇ ਇਹਨੂੰ ਚਾਰਾ ਦੇਣਾ ਉਸ ਤੋਂ ਬਾਅਦ ਆਟਾ ਦੇਣਾ ਦੈੜ ਦੈੜ ਤੋਂ ਬਾਅਦ ਧੋਣਾ ਦੈੜ 'ਚ ਬਾਈ ਤੁਸੀਂ ਕਿਹੜੀ ਕਿਹੜੀ ਚੀਜ਼ ਬਣਾਈ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਅਤੇ ਅਲਸੀ ਪਾਈ ਦੀ ਆ ਮੇਥੇ ਪਾਈ ਦੇ ਆ ਚਨੇ ਪਾਈ ਦੇ ਆ ਹਲੋਂ ਪਾਈ ਦੀ ਆ ਸੌਂਫ ਪਾਈ ਦੀ ਆ ਅਤੇ ਹੋਰ ਵੀ ਕੁਛ ਐਟਮਾਂ ਹੈ ਜਿਹੜੀਆਂ ਪਾਈ ਦੀਆਂ ਅਤੇ ਉਹ ਦੈੜ ਬਣਾ ਕੇ ਫਿਰ ਆਟਾ ਨਹੀਂ ਦੇਈਦਾ ਕਣਕ ਵੀ ਪਾ ਦੇਈਦੀ ਆ ਵਿੱਚ ਅੱਛਾ ਜੀ ਹਾਂਜੀ ਅਤੇ ਫਿਰ ਬਾਅਦ ਦੇ ਵਿੱਚੋਂ ਜੀ ਇਹਨੂੰ ਮੁਰੱਬਾ ਵਗੈਰਾ ਵੀ ਦਿੰਦੇ ਆ ਕਿਸੇ ਟਾਈਮ ਜੀ ਹਾਂ ਸੁਬਹਾ ਟਾਈਮ ਮੁਰੱਬਾ ਵੀ ਦੇਈਦਾ ਉਹਦੇ ਵਿੱਚ ਕਾਲੀ ਦੀਆਂ ਇਲਾਚੀਆਂ ਕਾਲੀ ਮਿਰਚ ਅਤੇ ਇਲਾਚੀ ਬੜੀ ਅਤੇ ਹੋਰ ਇੱਕ ਦੋ ਚੀਜ਼ਾਂ ਨਹੀਂ ਉਹ ਪਾ ਕੇ ਦੇ ਹੁਣ ਤੁਸੀਂ ਜੀ ਇਸ ਟਾਈਮ ਜੀ ਇਹਦੀ ਕਾਰਗਰਦਗੀ ਤੋਂ ਪਰਫਾਰਮੈਂਸ ਤੋਂ ਕਿੰਨੇ ਕੁ ਮੁਤਮਨ ਆ ਜੀ ਅਸੀਂ ਅੱਲਾ ਖੈਰ ਕਰੇ ਫੁੱਲ ਮੁਤਮਿਨ ਆ
ਤੇ ਸਾਡੀ ਮਿਹਨਤ ਵੀ ਜਾਰੀ ਆ। ਇਸ ਤੋਂ ਜ਼ਿਆਦਾ ਹੋਰ ਮਿਹਨਤ ਕਰਾਂਗੇ ਇਸ 'ਤੇ। ਅਗਰ ਮਿਹਨਤ ਪਿੱਛੇ ਘਟਾਵਾਂਗੇ ਤਾਂ ਅਸੀਂ ਪਿੱਛੇ ਜਾਵਾਂਗੇ, ਅਤੇ ਜ਼ਿਆਦਾ ਕਰਾਂਗੇ ਇਨਸ਼ਾਅੱਲਾ ਅੱਗੇ ਹੋਰ ਜਾਵਾਂਗੇ। ਅਸੀਂ ਜ਼ਿਆਦਾ ਕੀਤੀ ਹੈ ਮਿਹਨਤ, ਇਨਸ਼ਾਅੱਲਾ ਅੱਗੇ ਹੋਰ ਜਾਵਾਂਗੇ। ਅੱਛਾ ਭਾਅ ਜੀ, ਤੁਸੀਂ ਸ਼ੌਕ ਵੀ ਨਵਾਂ ਸ਼ੁਰੂ ਕੀਤਾ, ਇੱਕ ਤਾਂ ਇਹ ਤਾਂ ਹੋ ਗਿਆ ਨਾ, ਤੁਸੀਂ ਆਪਣਾ ਬੈਲ ਪਾਲਦੇ ਆ, ਕਿਹੜੇ ਕਿਹੜੇ ਮਰਹਲ 'ਚੋਂ ਗੁਜ਼ਰਦੇ ਆ, ਸੁਬਹ ਤੋਂ ਸ਼ਾਮ ਤੱਕ ਕੀ ਕਰਦੇ ਆ, ਕਿੱਥੋਂ ਲਿਆ, ਕਿਸ ਤਰ੍ਹਾਂ ਕੀਤਾ, ਇਸ ਤੋਂ ਹਟ ਕੇ ਜੀ ਜਿਹੜਾ ਸ਼ੌਕ ਆ, ਜਦੋਂ ਗਰਾਊਂਡ 'ਚ ਜਾਂਦੇ ਆ ਜੀ, ਗਰਾਊਂਡ 'ਚ ਲੋਕ ਮਿਲਦੇ ਆ ਜੀ, ਅੱਗੇ ਪਿੱਛੇ ਜੀ ਗਰਾਊਂਡ ਦੇ ਮਾਮਲਾਤ ਜੀ, ਹੁਣ ਜਿਹੜੀ ਸ਼ੌਕ ਦੀ ਕੰਡੀਸ਼ਨ ਆ ਜੀ, ਤੁਸੀਂ ਤਾਂ ਹੁਣ ਸਟਾਰਟ ਕੀਤਾ ਨਾ ਜੀ, ਪਹਿਲਾਂ ਵੀ ਲੋਕਾਂ ਕੋਲੋਂ ਸੁਣਦੇ ਹੋਵੋਗੇ ਜਾਂ ਜਾ ਕੇ ਦੇਖਿਆ ਹੋਵੇਗਾ, ਹੁਣ ਦੇ ਸ਼ੌਕ 'ਚ ਅਤੇ ਪਹਿਲੇ ਸ਼ੌਕ ਦੇ ਵਿੱਚ ਜੀ ਕੀ ਫਰਕ ਆ? ਹੁਣ ਦੇ ਸ਼ੌਕ ਦੇ ਵਿੱਚ ਹੁਣ ਸ਼ੌਕ ਹੈਗਾ ਪੈਸੇ ਵਾਲੇ ਦਾ ਰਹਿ ਗਿਆ ਜੀ। ਅੱਛਾ ਜੀ। ਅਤੇ ਪਹਿਲੇ ਸੀ ਯਾਨੀ ਕਿ ਜਿਹਦਾ ਸ਼ੌਕ ਸੀ ਜ਼ਿੰਮੇਦਾਰ ਬੰਦੇ ਦਾ, ਅਤੇ ਹੁਣ ਹੈਗਾ ਪੈਸੇ ਵਾਲੇ ਦਾ ਸ਼ੌਕ। ਹੁਣ ਪੈਸੇ ਨੂੰ ਸਲਾਮ ਆ ਜੀ, ਮਾੜੇ ਬੰਦੇ ਕੋਲ ਅਗਰ ਅੱਛਾ ਬੈਲ ਵੀ ਆ ਉਹਨੂੰ ਕੋਈ ਬੈਲ ਨਹੀਂ ਦਿੰਦਾ ਗਾ ਜੋੜਨ ਵਾਸਤੇ, ਅਤੇ ਇਸ ਕਰਕੇ ਫਿਰ ਬਹੁਤ ਇਹ ਔਖੇ ਕੰਮ ਆ, ਅਤੇ ਇਸ ਕਰਕੇ ਬਹੁਤ ਮਸਲਾ ਬਣਿਆ ਹੈ ਸ਼ਿਕਾਰ ਨੂੰ। ਇਹਨੂੰ ਕਿਸੇ ਤਰਤੀਬ ਹੋਣੀ ਚਾਹੀਦੀ ਹੈ, ਇਹਦੀ ਵੀ ਸਵਾਰ ਹਜ਼ਰਾਤ ਨੂੰ ਵੀ ਚਾਹੀਦਾ ਆ, ਹੋਰ ਵੀ ਯਾਨੀ ਕਿ ਲੋਕਾਂ ਨੂੰ ਚਾਹੀਦਾ ਵੀ ਯਾਰ ਜੇ ਕੋਈ ਅੱਛਾ ਬੈਲ ਆ ਉਹਨੂੰ ਬੈਲ ਦਿੱਤਾ ਜਾਵੇ। ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਕੋਈ ਅੱਛਾ ਬੈਲ, ਥੱਲਿਓਂ ਕੋਈ ਬੈਲ ਜੋੜੋ, ਉਤਲੀ ਸਤਹ ਦਾ ਬੈਲ ਨਾ ਜੋੜੋ। ਅਸੀਂ ਜਿੰਨੀਆਂ ਦੌੜਾਂ ਭਜਾਈਆਂ, ਅਸੀਂ ਥੱਲਿਓਂ ਬੋਲ ਜੋੜ ਕੇ ਬੱਚਾ ਜੋੜ ਕੇ ਭਜਾਈਆਂ, ਅਸੀਂ ਬੜਾ ਬੋਲ ਕਿਸੇ ਕੋਲ ਨਹੀਂ ਮੰਗਿਆ ਭਜਾਉਣ ਵਾਸਤੇ, ਅਤੇ ਅੱਲਾਹ ਤਾਲਾ ਨੇ ਇੱਜ਼ਤ ਵੀ ਦਿੱਤੀ ਆ, ਅਤੇ ਹੋਰ ਬੈਲ ਵੀ ਬਹੁਤ ਅੱਲਾਹ ਤਾਲਾ ਨੇ ਚਮਕਾਏ ਆ ਵਿੱਚ। ਅੱਛਾ ਬਾਈ, ਜਦੋਂ ਗਰਾਊਂਡ 'ਚ ਜਾਂਦੇ ਆ ਜੀ, ਦੋ ਕੰਮ ਹੁੰਦੇ ਆ ਜੀ, ਜਾਂ ਜਿੱਤ ਹੁੰਦੀ ਆ ਜਾਂ ਹਾਰ ਹੁੰਦੀ ਆ ਜੀ, ਅਤੇ ਜਿੱਤ ਬੰਦੇ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨੀ ਚਾਹੀਦੀ ਹੈ, ਅਤੇ ਹਾਰ ਬੰਦੇ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨੀ ਚਾਹੀਦੀ ਹੈ ਜੀ, ਜਿਹਦੇ ਨਾਲ ਪੀਸਫੁੱਲ ਮਾਹੌਲ ਰਹੇ ਜੀ? ਇਹ ਗੇਮ ਦਾ ਹਿੱਸਾ ਆ, ਜਿੱਤ ਹਾਰ ਇੱਕ ਵਕਤ ਦੇ ਨਾਲ ਨਾਲ ਚੱਲਦੀ ਰਹਿਣੀ ਹੈ। ਜਿੱਤ ਹਾਰ ਗਰਾਊਂਡ ਦੇ ਵਿੱਚ ਹੈ, ਹਾਰ ਗਏ ਹਾਂ ਅਤੇ ਕੋਈ ਮਸਲਾ, ਚੁੱਪ ਕਰਕੇ ਜਾਓ ਆਪਣੀ ਮਿਹਨਤ। ਮੈਨੂੰ ਹਾਰ ਕੇ ਜ਼ਿਆਦਾ ਖੁਸ਼ੀ ਮਿਲਦੀ ਆ, ਅਸੀਂ ਆਪਣੀ ਮਿਹਨਤ ਜ਼ਿਆਦਾ ਕਰੀ ਦੀ ਆ ਵੀ ਤਾਂ ਕਿ ਅਸੀਂ ਜਿੱਤੀਏ। ਅਗਰ ਅਸੀਂ ਜਿੱਤਦਾ ਰਹੇ ਉਹ ਬੰਦਾ ਕਹਿੰਦਾ ਵੀ ਮੈਂ ਜਿੱਤਦਾ, ਕੋਈ ਮਸਲਾ ਨਹੀਂ, ਬੰਦਾ ਮਿਹਨਤ ਘਟਾਉਂਦਾ ਆ, ਅਤੇ ਅਸੀਂ ਹਾਰ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਵੀ ਅਸੀਂ ਹਾਰ ਗਏ ਹਾਂ, ਇਨਸ਼ਾਅੱਲਾ ਅਗਲੀ ਦੌੜ ਜਿੱਤਾਂਗੇ। ਹਾਰ ਕੇ ਜਿੱਤਣ ਦਾ ਮਜ਼ਾ ਹੀ ਹੋਰ ਆ। ਅੱਛਾ, ਅਤੇ ਫਿਰ ਜਦੋਂ ਜਿੱਤ ਕੇ ਐਕਸਾਈਟਡ ਹੋਣ ਦਾ ਜੀ ਕਿਹੜਾ ਅੰਦਾਜ਼ ਹੋਣਾ ਚਾਹੀਦਾ, ਜਾਂ ਤੁਸੀਂ ਕਿਹੜਾ ਅਪਣਾਉਂਦੇ ਆ ਜੀ, ਜਾਂ ਆਵਾਮ ਕਿਹੜਾ ਅਪਣਾਉਂਦੇ ਆ? ਆਵਾਮ ਤਾਂ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਕਰਦੀ ਹੈ, ਨਹੀਂ ਕਰਨਾ ਚਾਹੀਦਾ, ਪਿੱਛੇ ਵੀ ਨਾਰੇ ਨਹੀਂ ਮਾਰਨੇ ਚਾਹੀਦੇ ਇੱਕ ਦੂਸਰੇ ਨੂੰ, ਠੀਕ ਆ, ਮੁਬਾਰਕਬਾਦ ਦਿਓ, ਗਾਂ ਕੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿਓ। ਗਰਾਊਂਡ ਦੇ ਵਿੱਚ ਜਦ ਬੈਲ ਭੱਜ ਕੇ ਹਟ ਗਏ, ਉੱਥੇ ਪਹਿਲ ਜਾਤੀ ਬੈਲ ਗਏ ਅੱਗੇ ਪਿੱਛੇ, ਮਸਲਾ ਗਰਾਊਂਡ ਦੇ ਵਿੱਚ ਮੁਖਾਲਬਾਜ਼ੀ ਰੱਖੋ, ਕੋਈ ਮਸਲਾ ਨਹੀਂ ਹੈਗਾ ਇਹ ਵਾਲ, ਉਸ ਤੋਂ ਬਾਅਦ ਜਾ ਕੇ ਭਾਈਚਾਰਾ ਮੰਗੋ, ਆਪਸ 'ਚ ਪਿਆਰ ਮੁਹੱਬਤ ਨਾਲ ਰਹੋ ਸਾਰੇ। ਅੱਛਾ, ਜਦੋਂ ਤੁਹਾਨੂੰ ਕੋਈ ਬੈਲ ਜਿੱਤਦਾ ਜੀ, ਤੁਸੀਂ ਜਿਹਦੇ ਕੋਲ ਲੂਜ਼ ਹੁੰਦੇ ਆ, ਤੁਸੀਂ ਉਹਨੂੰ ਕੰਗ੍ਰੈਚੁਲੇਸ਼ਨ ਆਖਦੇ ਹੋ ਜੀ, ਮੁਬਾਰਕਬਾਦ ਦਿੰਦੇ ਹੋ? ਬਿਲਕੁਲ ਦਿੰਦੇ ਹਾਂ ਜੀ, ਇਨਸ਼ਾਅੱਲਾ ਦਵਾਂਗੇ ਵੀ ਅਗਰ ਕੋਈ ਜਿੱਤੇਗਾ, ਅਤੇ ਅਸੀਂ ਜੇ ਜਿੱਤਦੇ ਹਾਂ ਅਸੀਂ ਵੀ ਖੁਸ਼ ਹੋਈਦਾ ਆ ਵੀ ਅਸੀਂ ਸਾਡਾ ਬੈਲ ਜਿੱਤਿਆ। ਹਰ ਬੰਦੇ ਨੂੰ ਖੁਸ਼ੀ ਹੁੰਦੀ ਹੈ ਜੇ ਜਿੱਤਦਾ ਆ, ਅਸੀਂ ਹਾਰ ਕੇ ਵੀ ਕਹੀਦਾ ਵੀ ਕੋਈ ਗੱਲ ਨਹੀਂ, ਇਨਸ਼ਾਅੱਲਾ ਜਿੱਤਾਂਗੇ। ਅੱਛਾ, ਜਾਨੀ ਜਿੱਤ ਕੇ ਤੁਸੀਂ ਐਕਸਾਈਟਡ ਤਾਂ ਹੁੰਦੇ ਹੋ, ਖੁਸ਼ ਹੁੰਦੇ ਹੋ, ਲੇਕਿਨ ਓਵਰ ਐਕਸਾਈਟਡ ਤਾਂ ਨਹੀਂ ਹੁੰਦੇ ਜੀ? ਨਹੀਂ, ਓਵਰ ਨਹੀਂ ਹੋਈਦਾ। ਅੱਛਾ ਜੀ, ਅਤੇ ਅੱਲਾਹ ਤਾਲਾ ਨੂੰ ਕੰਮ ਪਸੰਦ ਨਹੀਂ ਹੈਗੇ। ਸਹੀ ਜੀ। ਅੱਛਾ ਬਈ, ਇਸ ਟਾਈਮ ਦੇ ਵਿੱਚ ਜੀ, ਮੌਜੂਦਾ ਦੌਰ ਦੇ ਵਿੱਚ ਜੀ, ਵੱਡੇ ਬੈਲਾਂ ਦੇ ਵਿੱਚ ਜੀ, ਓਪਨ ਦੌੜਾਂ ਦੇ, ਕਿਹੜਾ ਚੈਂਪੀਅਨ ਬੈਲ ਆ ਜੀ ਤੁਹਾਡੀ ਨਿਗਾਹ 'ਚ ਇਸ ਟਾਈਮ ਜੀ? ਇਸ ਵਕਤ ਵੀ ਹਜੇ ਹੀ ਫਖਰੇ ਟੋਬਾ ਬੈਲ ਚੈਂਪੀਅਨ ਆ। ਅੱਛਾ ਜੀ, ਹਾਂਜੀ। ਅਤੇ ਇਸ ਟਾਈਮ ਜੀ, ਸਵਾਰ ਕਿਹਦੀ ਤਕਨੀਕ ਤੁਹਾਨੂੰ ਪਸੰਦ ਆ ਜੀ, ਤੁਸੀਂ ਕਿਹੜੇ ਸਵਾਰ ਨੂੰ ਕਹੋਗੇ ਕਿ ਸਭ ਤੋਂ ਜ਼ਿਆਦਾ ਟੈਲੈਂਟਡ ਆ ਜੀ? ਉਸਤਾਦ ਸ਼ਬੀਰ ਸਾਰਿਆਂ ਨੂੰ ਜ਼ਿਆਦਾ ਟੈਲੈਂਟ ਆ, ਅਗਰ ਪੈਰਾਂ 'ਤੇ ਹਾਰ ਜਿੱਤ ਹੋਵੇ ਤਾਂ ਉਹ ਪੈਰ ਲਵਾਉਣ ਜ਼ਿਆਦਾ ਮਾਹਿਰ ਆ ਬੈਲਾਂ ਦੇ। ਅਗਰ ਪੈਰਾਂ ਦੇ ਮਸਲਾਂ, ਪੈਰ 'ਤੇ ਹਾਰ ਜਿੱਤ ਆ, ਅਕਸਰ ਜ਼ਿਆਦਾਤਰ ਉਹਦੀ ਕਲਿੱਪ ਦੇਖ ਲਿਓ ਅਤੇ ਉਹ ਪੈਰ ਲਵਾ ਦਿੰਦਾ ਬੈਲ ਦੇ, ਇੱਕ ਅੱਧੀ ਛਾਲ ਦਾ ਮਸਲਾ ਹੋਵੇ ਉਹ ਕੱਢ ਜਾਂਦਾ ਆ। ਬਾਕੀ ਸਾਧ ਬੱਗਾ ਵੀ ਬਹੁਤ ਅੱਛੇ ਤਰੀਕੇ ਨਾਲ ਬੈਲ ਹੱਕਦਾ, ਬਾਕੀ ਸਾਰੇ ਹੀ ਅੱਛੇ ਆ, ਕੋਈ ਨਹੀਂ ਮਾੜਾ, ਹਰ ਹਿਸਾਬ ਨਾਲ ਜਿਸ ਬੰਦੇ ਦਾ ਆਪਣਾ ਜ਼ਿਹਨ ਹੁੰਦਾ ਹਰ ਬੰਦੇ ਦਾ ਵੀ ਕਿਸ ਤਰ੍ਹਾਂ ਬੈਲ ਹੱਕਣੇ ਆ, ਅਤੇ ਉਸਤਾਦ ਸ਼ਬੀਰ ਦੀ ਇਹ ਆ ਵੀ ਪੈਰ ਉਹ ਜ਼ਿਆਦਾ ਅੱਛੇ ਤਰੀਕੇ ਨਾਲ ਆਖਰੀ ਯਾਨੀ ਕਿ ਸਟੈਪ 'ਤੇ ਪੈਰਾਂ ਜੇ ਥਾਰ 'ਤੇ ਉਹ ਬਿਨ ਕਰ ਲੈਂਦਾ ਹੈ। ਅੱਛਾ ਬਾਈ ਸ਼ਰਾਜ, ਜਿਹੜੇ ਹੁਣ ਨਵੀਂ ਪਨੀਰੀ ਆ ਰਹੀ, ਜਿਸ ਤਰ੍ਹਾਂ ਤੁਹਾਡਾ ਬੈਲ ਚੌਗਾ ਆ ਜੀ, ਅਤੇ ਦੁੰਦੇ ਖੀਰੇ ਆ ਰਹੇ ਆ ਜੀ, ਆਉਣ ਵਾਲੇ ਟਾਈਮ ਦੇ ਵਿੱਚ ਜੀ ਕਿਹੜੇ ਵਿਹੜੇ ਜੀ ਅੱਛੀ ਪਰਫਾਰਮੈਂਸ ਕਰ ਰਹੇ ਆ, ਦੁੰਦਿਆਂ 'ਚ, ਖੀਰਿਆਂ 'ਚ, ਚੌਗਿਆਂ 'ਚ ਜੀ? ਦੁੰਦਿਆਂ ਦੇ ਵਿੱਚ ਹੀ ਫਿਲਹਾਲ ਸੁੰਦਰ ਬੈਲ ਅਤੇ ਸੋਹਣਾ ਬੈਲ ਹੀ ਚੰਗੇ ਭੱਜ ਰਹੇ ਆ। ਸੁੰਦਰ 57 ਵਾਲਾ ਜੀ? ਹਾਂਜੀ। ਮਹਿਬੂਬ ਵਾਲਾ ਕਿ ਖਾਲਦ ਵਾਲਾ ਜੀ? ਦੋ ਸੁੰਦਰ ਆ ਜੀ, ਖਾਲਦ ਵਾਲਾ ਜੀ। ਅੱਛਾ ਜੀ, ਅਤੇ ਸੋਹਣਾ, ਇਹ ਦੁੰਦਿਆਂ 'ਚ ਹੋ ਗਿਆ, ਇਹ ਦੁੰਦਿਆਂ ਬਹੁਤ ਅੱਛੇ ਬੈਲ ਦੋਵੇਂ ਭੱਜ ਰਹੇ ਆ। ਅੱਛਾ ਜੀ, ਅਤੇ ਚੌਗਿਆਂ 'ਚ ਜੀ? ਚੌਗਿਆਂ ਦੇ ਵਿੱਚ ਅਰਬੀ ਬੈਲ ਆ, ਹਾਂਜੀ, ਅਤੇ ਜੁਗਨੂ ਬੈਲ 96 ਵਾਲਾ ਵੀ ਅੱਛਾ ਬੈਲ ਆ, ਅਤੇ ਇਹ ਸਭ ਤੋਂ ਅੱਛੇ ਬੈਲ ਆ। ਅੱਛਾ ਜੀ, ਤੁਸੀਂ ਆਪਣੇ ਭਰਾਵਾਂ ਨੂੰ ਕੀ ਪੈਗਾਮ ਦਿਓਗੇ ਜੀ ਕਿ ਇਹ ਜਿਹੜਾ ਸ਼ਿਕਾਰ ਆ, ਜਿਹੜੀ ਦੌੜ ਆ, ਜਿਹੜਾ ਸ਼ੌਕ ਆ ਪੰਜਾਬੀਆਂ ਦਾ, ਵੀ ਅੱਛੇ ਤਰੀਕੇ ਦੇ ਨਾਲ ਰਹੇ, ਇਹਦੇ ਵਿੱਚ ਪਿਆਰ ਮੁਹੱਬਤ ਹੀ ਹੋਵੇ, ਤਲਖੀਆਂ ਨਾ ਹੋਣ?
ਜੀ ਬਿਲਕੁਲ ਤਲਖੀ ਨਹੀਂ ਹੋਣੀ ਚਾਹੀਦੀ, ਗਰਾਊਂਡ ਦੇ ਵਿੱਚ ਹੋ ਜਾਂਦੀ ਹੈ ਤਲਖੀ, ਗੁੱਸਾ ਆ ਜਾਂਦਾ, ਆਵਾਜ਼ ਕਾ ਬਰਦਾਸ਼ਤ ਹੋਣੀ ਚਾਹੀਦੀ ਇਨਸਾਨ ਦੇ ਵਿੱਚ, ਜਿਸ ਅਗਰ ਜਿਸ ਬੰਦੇ ਨੇ ਗਰਾਊਂਡ ਜਾਣਾ ਨਾ ਉਹਦੇ ਬਰਦਾਸ਼ਤ ਹੋਣੀ ਜ਼ਰੂਰੀ ਆ, ਚੰਗੀ ਮਾੜੀ ਗੱਲ ਹੋ ਜਾਂਦੀ ਆ ਪਰ ਇਹ ਬਰਦਾਸ਼ਤ ਕਰਨੀ ਚਾਹੀਦੀ, ਕਦੇ ਤੁਸੀਂ ਕਾਲੀ ਕਦੇ ਉਹਨਾਂ ਨੇ ਕਾਲੀ, ਇਹ ਇਸ ਤਰ੍ਹਾਂ ਹੋਰ ਕਰਨਾ ਚਾਹੀਦਾ ਆ। ਅਤੇ ਬਾਕੀ ਬਾਅਦ 'ਚ ਜਾ ਕੇ ਅਗਰ ਕੋਈ ਹੋ ਵੀ ਗਲਤੀ ਇੱਕ ਦੂਸਰੇ ਕੋਲ ਮਾਫ਼ੀ ਮੰਗ ਲਓ ਵੀ ਯਾਰ ਗਲਤੀ ਹੋ ਗਈ, ਕੋਈ ਗੱਲ ਨਹੀਂ, ਗੱਲ ਖਤਮ ਹੋ ਜਾਂਦੀ। ਅਗਰ ਗੱਲ ਨੂੰ ਬੜਾਵਾ ਦੇਣਾ, ਉੱਤਲੇ ਬੰਦੇ ਬਹੁਤ ਹੀ ਜ਼ਿਆਦਾ ਗੱਲ ਚੱਕਦੇ ਆ, ਮਾਲਕ ਨਹੀਂ ਇੰਨੀ ਕਰਦੇ ਜਿੰਨੀ ਦੂਸਰੇ ਬੰਦੇ ਗੱਲ ਨੂੰ ਅੱਗੇ ਲੈ ਜਾਂਦੇ ਆ। ਅੱਛਾ ਬਈ, ਤੁਹਾਡਾ ਬੈਲ ਹੁਣ ਜਿਸ ਤਰ੍ਹਾਂ ਭੱਜਣ ਲੱਗਿਆ, ਪਹਿਲੇ ਖੀਰਾ ਸੀਗਾ, ਫਿਰ ਵਿੱਚੋਂ ਸਟੇਅ ਕੀਤਾ, ਸਟੇਅ ਕਰਨ ਤੋਂ ਬਾਅਦ ਵੀ 9/9 ਹੋ ਕੇ ਆਇਆ ਜੀ ਮਾਸ਼ਾਅੱਲਾ, ਅਤੇ ਤੁਹਾਨੂੰ ਜੀ ਕਿਸੇ ਬੰਦੇ ਨੇ, ਕਿਸੇ ਸ਼ਿਕਾਰੀ ਨੇ, ਕਿਸੇ ਨੇ ਕੋਈ ਆਫਰ ਕਰਵਾਈ ਕਿ ਆਪਣਾ ਕਿਸੇ ਨੇ ਚਾਹਤ ਦਾ ਇਜ਼ਹਾਰ ਕੀਤਾ ਕਿ ਸਾਨੂੰ ਸੇਲ ਕਰ ਦਿਓ? ਇੱਕ ਦੋ ਬੰਦੇ ਨੇ ਕੀਤਾ ਸੀ ਅਤੇ ਅਸੀਂ ਕਿਹਾ ਜੇ ਸੇਲ ਨਹੀਂ ਕਰਨਾ ਅਸੀਂ, ਅਤੇ ਭਾਈ ਦਾ ਸ਼ੌਕ ਆ ਇਹ ਕਰ ਰਹੇ ਹਾਂ, ਜਾਤੀ ਪਿੱਛੇ ਇਹਦਾ ਛੋਟਾ ਭਰਾ ਤਿਆਰ ਹੋਊਗਾ ਫਿਰ ਦੇਖਾਂਗੇ। ਅੱਛਾ ਬਈ, ਜਿਹੜਾ ਤੁਹਾਡਾ ਇਹ ਕੋਈ ਤਕਰੀਬਨ 2-2.5 ਸਾਲ ਦਾ ਪੀਰੀਅਡ ਤੁਸੀਂ ਸਟਾਰਟ ਕੀਤਾ ਸ਼ੌਕ ਜੀ ਆਪਣਾ, ਇਹਦੇ ਵਿੱਚ ਜੀ ਕੋਈ ਖੀਰੇ ਦੇ 'ਚ ਵੀ ਤੁਸੀਂ ਇਹਨੂੰ ਭਜਾਇਆ ਅਤੇ ਹੁਣ ਚੌਗੇ 'ਚ ਵੀ ਭਜਾਇਆ, ਕੋਈ ਇੱਦਾਂ ਦੀ ਦੌੜ ਜੀ ਜਿਹੜੀ ਤੁਹਾਨੂੰ ਬੜੀ ਯਾਦਗਾਰ ਲੱਗੀ ਹੋਵੇ, ਕਿਤੇ ਜਿੱਤ ਹੋਈ ਜੀ, ਬਹੁਤ ਹੀ ਵੰਡਰਫੁੱਲ ਕੰਪੀਟੀਸ਼ਨ ਹੋਇਆ ਅਤੇ ਇੱਕ ਯਾਦਾਂ ਛੱਡ ਕੇ ਗਈ ਜੀ, ਕੋਈ ਹੈ ਸੀ ਦੌੜ ਜੀ ਕੋਈ? ਇਹ 99 ਵਾਲੀ ਦੌੜ ਆ ਜੀ। ਉਹ ਕਿਸ ਤਰ੍ਹਾਂ ਹੋਈ ਸੀ ਬਾਈ, ਕਿੱਦਾਂ ਹੋਈ ਸੀ? ਉਹ ਅਸੀਂ ਬੋਲ ਉਸਤਾਦ ਬੱਗੇ ਨੂੰ ਕਿਹਾ ਵੀ ਸਾਨੂੰ ਸੋਹਣਾ ਬੈਲ ਰਾਈਆਂ ਵਾਲਾ ਦਿਓ ਜੀ ਭਜਾਉਣ ਵਾਸਤੇ। ਉਸਤਾਦ ਨੇ ਜੀ ਕਿਹਾ ਠੀਕ ਆ, ਤੁਹਾਨੂੰ ਬੈਲ ਉਹ ਦੇ ਦਿੰਦੇ। ਅਸੀਂ ਜੋੜ ਲਿਆ ਬੈਲ, ਸਾਡਾ ਜੋੜ ਹੋ ਗਿਆ ਅਤੇ ਗਰਾਊਂਡ 'ਚ ਗਏ ਅਤੇ ਅਸੀਂ ਰਾਊਂਡ ਵਿਨ ਕੀਤਾ। ਅੱਛਾ, ਰਾਊਂਡ 'ਚ ਕਿਹੜੀਆਂ ਗੱਡੀਆਂ ਨੰਬਰ ਸੀ ਜੀ? ਬਿਜਲੀ ਬੈਲ 80 ਵਾਲੀ ਸੀ ਅਤੇ ਹੋਰ ਸੀ ਲਾਖਾ ਸੀ, ਹੋਰ ਸੀ ਕਾਫੀ ਬੈਲ, ਜਾਨੀ ਕਿ ਲੱਡੂ ਵੀ ਸੀ ਮੇਰੇ ਖਿਆਲ, ਉਹ ਅਸੀਂ ਹਾਰ ਗਏ ਸਾਡੇ ਕੋਲੋਂ ਰਾਊਂਡ ਦੇ ਵਿੱਚ। ਅੱਛਾ ਜੀ। ਅਤੇ ਫਾਈਨਲ ਸਾਡਾ ਫਿਰ ਫਖਰੇ ਟੋਭਾ ਸੀ ਫਾਈਨਲ ਦੇ ਵਿੱਚ, ਅਤੇ ਅਸੀਂ ਸਾਡੇ ਬੈਲ ਨੇ ਉਹਨਾਂ ਨੂੰ ਵੀ ਜਿੱਤ ਲਿਆ ਸੀ। ਗੱਲ ਆ ਬਈ, ਇਹ 16 ਸਤੰਬਰ ਦੀ ਗੱਲ ਆ ਜੀ। ਅੱਛਾ ਜੀ। 16 ਤਰੀਕ ਨੂੰ ਦੌੜ ਹੋਈ ਸੀ 99 ਵਾਲੇ ਗਰਾਊਂਡ ਦੇ ਵਿੱਚ, ਫਖਰੇ ਟੋਭਾ ਅਤੇ ਸ਼ਹੀਦਾ ਬੋਲ ਪਹਿਲੀ ਦਫਾ ਉਸ ਦੌੜ 'ਤੇ ਭੱਜੇ ਸੀਗੇ। ਜਾਣੀ ਤੁਸੀਂ ਫਖਰੇ ਟੋਭਾ ਦੇ ਕੋਲੋਂ, ਜਿਹਨੂੰ ਤੁਸੀਂ ਪਹਿਲਾਂ ਵੀ ਤਸਕਰਾ ਕੀਤਾ ਕਿ ਚੈਂਪੀਅਨ ਆ, ਅਤੇ ਜਾਣੀ ਤੁਸੀਂ ਉਹਨੂੰ ਜਿੱਤ ਕੇ ਫਿਰ ਬਹੁਤ ਜ਼ਿਆਦਾ ਤੁਹਾਨੂੰ ਖੁਸ਼ੀ ਹੋਈ ਜੀ, ਯਾਦਗਾਰ ਤੁਹਾਡੇ ਵਾਸਤੇ ਲਮਹਾਤ ਹੋਈ ਜੀ ਉਹ? ਬਿਲਕੁਲ ਜੀ, ਸਾਨੂੰ ਖੁਸ਼ੀ ਸੀ, ਅਸੀਂ ਜਦੋਂ ਫਖਰੇ ਟੋਭਾ ਭੱਜਦਾ ਸੀਗਾ ਖੁਸ਼ੀ ਆ ਸਾਨੂੰ, ਹੁਣ ਵੀ ਸਾਡੇ ਜ਼ਿਲ੍ਹੇ ਦਾ ਮਾਣ ਆ ਉਹ ਬੈਲ ਆ ਜਿਹੜਾ, ਅਤੇ ਜਦੋਂ ਅਸੀਂ ਬੁਲਟ ਤਿਆਰ ਕਰਦੇ ਸੀ ਇਹ ਕਹਿੰਦੇ ਸੀ ਵੀ ਅਸੀਂ ਇਨਸ਼ਾਅੱਲਾ ਜਿੱਤਾਂਗੇ ਫਖਰੇ ਟੋਭਾ ਨੂੰ, ਫਿਰ ਜਿੱਤ ਕੇ ਤਾਂ ਬਹੁਤ ਖੁਸ਼ੀ ਹੋਈ ਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਜਿਹੜਾ, ਅਤੇ ਇੱਕ ਦੁੱਖ ਵੀ ਹੋਇਆ ਵੀ ਅਸੀਂ ਆਪਣੇ, ਹਾਂਜੀ ਵੀ ਉਸ ਬੈਲ ਨੂੰ ਅਸੀਂ ਜਿੱਤਿਆ, ਜਿਹੜਾ ਸਾਡੀ ਪਹਿਚਾਣ ਆ। ਹਾਂ, ਪਹਿਚਾਣ ਆ, ਅਤੇ ਚਲੋ ਇਹ ਵੀ ਟੋਭੇ 'ਤੇ ਪਹਿਚਾਣ ਇਨਸ਼ਾਅੱਲਾ ਬਣ ਗਿਆ, ਅੱਲਾਹ ਤਾਲਾ ਹੋਰ ਬਣਾਊਗਾ, ਅਸੀਂ 2 ਦਫਾ ਉਹਨੂੰ ਫਖਰੇ ਟੋਭਾ ਨੂੰ ਵੀ ਵਿਨ ਕਰ ਲਿਆ। ਸਹੀ ਬਈ, ਜਿੱਤ ਕੇ ਤਾਂ ਤੁਸੀਂ ਇਸ ਤਰ੍ਹਾਂ ਹੀ ਤੁਹਾਡੀ ਕੈਫੀਅਤ ਹੋਈ, ਤੁਹਾਡੀ ਜਿਹੜੀ ਕੈਫੀਅਤ ਸੀ 2 ਹਿੱਸੇ 'ਚ ਡਿਵਾਈਡ ਹੋਈ, ਇੱਕ ਤਾਂ ਖੁਸ਼ੀ ਵੀ ਹੋਈ, ਇੱਕ ਤੁਹਾਨੂੰ ਅਫਸੋਸ ਵੀ ਹੋਇਆ ਯਾਰ ਫਖਰੇ ਟੋਭਾ ਨੂੰ ਜਿੱਤਿਆ ਮੁਨਾਸਬਤ ਨਹੀਂ ਸੀ ਹੈ। ਅੱਛਾ, ਕੋਈ ਇਸ ਤਰ੍ਹਾਂ ਦੌੜ ਜੀ ਹਾਰ ਕੇ ਲੂਜ਼ ਹੋ ਕੇ ਤੁਹਾਡੀ ਕੋਈ ਕੰਡੀਸ਼ਨ ਕਿਸ ਤਰ੍ਹਾਂ ਦੀ ਹੋਈ ਜੀ, ਕੋਈ ਨਾਮਵਰ ਦੌੜ ਜੀ? ਅਸੀਂ 91 ਵਾਲੀ ਦੌੜ ਹਾਰੇ ਸੀਗੇ ਦੌੜਾਂ ਜਿੱਤਣ ਤੋਂ ਬਾਅਦ, ਅਤੇ ਉਹਦੇ ਨਾਲ ਸਾਡੇ ਨਾਲ ਭੱਜਿਆ ਸੀ ਪੀਲਾ ਬੈਲ ਇਫਤਕਾਰ ਵਾਲਾ, ਸ਼ੇਰੋਂ ਵਾਲਾ ਜੀ। ਹਾਂਜੀ, ਅਤੇ ਉੱਥੇ ਅਸੀਂ ਦੌੜ ਸਾਡੀ ਲੂਜ਼ ਹੋਈ, ਸਾਨੂੰ ਲੱਡੂ ਬੈਲ ਨੇ ਵਿਨ ਕੀਤਾ ਸੀਗਾ, ਮੁਕਾਬਲਾ ਹੋਇਆ ਹੀ ਨਹੀਂ, ਪੈਰਾਂ ਚੱਕ ਰੱਖ ਹੋ ਗਈ, ਕੋਈ ਗੱਲ ਨਹੀਂ ਸੀਗਾ ਮਿਹਨਤ ਕਰਾਂਗੇ ਇਨਸ਼ਾਅੱਲਾ, ਕੋਈ ਗੱਲ ਨਹੀਂ ਅੱਗੇ ਜਾਵਾਂਗੇ। ਫਿਰ ਅਸੀਂ ਅਨਮੋਲ ਬੈਲ ਜੋੜਿਆ 331 ਸਲੀਮਪੁਰ ਵਾਲਾ, ਅਤੇ ਉਹ ਅਸੀਂ ਦੌੜ ਬਾਅਦ ਮਸਲਾ ਪਿੱਛੋਂ ਬਣਿਆ ਛੱਡਣ ਲੱਗੇ, ਬਹੁਤ ਗਲਤ ਹੋ ਗਏ, ਖਰਾਬ ਹੋ ਗਏ, ਅਤੇ ਉਹ ਦੌੜ ਹਾਰੇ, ਅਤੇ ਸਾਨੂੰ ਬਹੁਤ ਪਰੇਸ਼ਾਨੀ ਹੋਈ, ਮਸਲੇ ਵੀ ਬਹੁਤ ਲੋਕਾਂ ਨੇ ਗੱਲਾਂ ਵੀ ਸੁਣਾਈਆਂ, ਤਨਕੀਦ ਕੀਤੀ ਵੀ ਬੋਲਟ ਪਿੱਛੇ ਹਟ ਗਿਆ ਦੌੜਨ ਤੋਂ, ਅਸੀਂ ਸੁਣੀਆਂ ਸੀਗਾ ਕੋਈ ਗੱਲ ਨਹੀਂ ਜਾਂ ਚੰਦ ਚੜੂ ਸਭ ਨੇ ਦੇਖ ਲੈਣਾ ਆ, ਅਤੇ ਇਨਸ਼ਾਅੱਲਾ ਚੜਿਆ ਚੰਦ ਅਤੇ ਅਸੀਂ ਦੌੜ 40 ਵਾਲੀ ਜਾ ਕੇ ਵਿਨ ਕਰ ਲਈ। ਅੱਛਾ ਬਈ, ਜਦੋਂ ਦੌੜ ਲੂਜ਼ ਕਰਦੇ ਆ ਜੀ, ਜਾਣੀ ਲੋਕ ਗੱਲਾਂ ਕਰਦੇ ਆ, ਤਾਨਸ਼ਾਹ ਕਰਦੇ ਆ ਜੀ, ਅਤੇ ਜਦੋਂ ਜਿੱਤਦੇ ਆ ਉਸ ਹਿਸਾਬ ਨਾਲ ਲੋਕ ਖੁਸ਼ੀ ਵੀ ਕਰਦੇ ਆ ਤੁਹਾਡੇ ਨਾਲ ਮਿਲ ਕੇ, ਜਾਂ ਕਿ ਬਸ ਹਾਰਦਾ ਹੀ? ਨਹੀਂ, ਹਾਰ ਦਾ ਹੀ ਜ਼ਿਆਦਾ ਖੁਸ਼ੀ ਕਰਦੇ ਆ ਵੀ ਹਾਰ ਕੇ ਆ ਗਏ ਆ ਜੀ, ਅਤੇ ਘੱਟ ਭਜਦਾ, ਅਸੀਂ ਖੁਸ਼ ਹੁੰਦੇ ਹਾਂ ਵੀ ਸਾਨੂੰ ਇਹ ਕਹਿੰਦੇ ਆ, ਸਾਨੂੰ ਗੁੱਸਾ ਆਉਂਦਾ, ਅਸੀਂ ਬੈਲ 'ਤੇ ਮਿਹਨਤ ਜ਼ਿਆਦਾ ਕਰੀ ਦੀ ਆ, ਮੇਰਾ ਭਰਾ ਆ ਇਹ ਆਉਂਦੇ ਆ, ਅਸੀਂ ਸਭ ਦੇ ਮਿਲ ਕੇ ਫਿਰ ਉਹੀ ਦੋਸਤ ਜਿੱਦਾਂ ਤੁਸੀਂ ਹਾਰਦੇ ਆ ਤੁਹਾਡੀ ਤਨਕੀਦ ਕਰਦਾ, ਜੇ ਤੁਸੀਂ ਜਿੱਤਦੇ ਆ ਉਦੋਂ ਕੋਈ ਆਪਣਾ ਤਾਰੀਫ਼ ਵੀ ਕਰਦੇ ਆ ਜੀ? ਨਹੀਂ, ਤਾਰੀਫ਼ ਤਾਂ ਕੀ ਕਰਨੀ ਆ ਫਿਰ, ਜਿਹਨੇ ਨਹੀਂ ਤਨਕੀਦ ਕਰਨੀ ਉਹਨੇ ਤਾਰੀਫ਼ ਤਾਂ ਨਹੀਂ ਨਾ ਕਰਨੀ ਹੈਗੀ, ਉਹਨੇ ਫਿਰ ਇਹੀ ਕਹਿਣਾ ਨਾ ਵੀ ਆਹ ਮਸਲਾ ਹੋ ਗਿਆ, ਇਹ ਹੋ ਗਿਆ, ਵੋ ਹੋ ਗਿਆ, ਇਹ ਤਾਂ ਫਿਰ ਗੱਲਾਂ ਰਹਿ ਜਾਂਦੀਆਂ, ਜਦੋਂ ਜਿੱਤ ਗਿਆ ਬੈਲ ਜਿੱਤ ਗਿਆ, ਗੱਲ ਖਤਮ ਕਰ ਦਿਉ ਉਸ ਚੀਜ਼ ਨੂੰ, ਜੋ ਹਾਰ ਗਿਆ ਉਹਨੂੰ ਕਿਹਾ ਹਾਰ ਗਿਆ, ਫਿਰ ਇਹਨਾਂ ਨਾਲ ਕੋਈ ਇਹ ਹੋ ਗਿਆ ਵੋ ਹੋ ਗਿਆ, ਹਾਰ ਗਿਆ ਅਤੇ ਹਾਰ ਕੇ ਘਰ ਆ ਗਏ ਬਸ, ਠੀਕ ਆ।
ਤੇ ਜੀ ਸ਼ਰਾਜ ਭਾਈ ਬਹੁਤ ਜ਼ਿਆਦਾ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਜੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੀ ਅਤੇ ਅਸੀਂ ਦੁਆਗੂ ਹਾਂ ਜੀ ਤੁਹਾਡਾ ਸ਼ੌਕ ਜੀ ਇਸੇ ਤਰ੍ਹਾਂ ਹੀ ਰਹੇ ਜਿਸ ਤਰ੍ਹਾਂ ਤੁਹਾਡੀ ਇੱਕ ਸੋਚ ਹੈ ਇੱਕ ਵਿਜ਼ਨ ਆ ਤੁਸੀਂ ਇਹਨੂੰ ਪਾਇਆ ਤਕਮੀਲ 'ਤੇ ਪਹੁੰਚਾਓ ਔਰ ਗਰਾਊਂਡਾਂ ਦਾ ਜਿਹੜਾ ਪੀਸਫੁੱਲ ਮਾਹੌਲ ਆ ਉਹਨੂੰ ਤੁਸੀਂ ਬਰਕਰਾਰ ਰੱਖਣ ਦੇ ਵਿੱਚ ਆਪਣਾ ਕਲੀਦੀ ਕਿਰਦਾਰ ਅਦਾ ਕਰੋ ਅਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ ਜੀ ਦੋਸਤੋ ਇਹਦੇ ਨਾਲ ਹੀ ਅਸੀਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਨੇ ਹਾਂ ਕਿ ਤੁਸੀਂ ਸਾਡੇ ਨਾਲ ਮਿਲ ਕੇ ਸ਼ਰਾਜ ਭਾਈ ਦੀਆਂ ਗੱਲਾਂ ਬਾਤਾਂ ਸੁਣੀਆਂ ਅਤੇ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੇ ਅਗਲੀ ਵੀਡੀਓ ਨਾਲ ਉਦੋਂ ਤੱਕ ਵਾਸਤੇ ਜੀ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਅੱਲਾ ਨਿਗਹਿਬਾਨ ਰੱਬ ਰਾਖਾ।